ਅਸੀਂ ਗਵਰਨਰ ਸਾਹਿਬ ਨੂੰ ਰਿਪ੍ਰੈਜ਼ੈਂਟੇਸ਼ਨ ਦੇ ਕੇ ਆਏ ਹਾਂ ਕਿਉਂਕਿ ਸਾਨੂੰ ਇਹ ਸਰਕਾਰ ਤੋਂ ਕੋਈ ਉਮੀਦ ਨਹੀਂ ਹੈ ਕਿ ਸਾਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਜਸਟਿਸ ਕਿਸੇ ਤਰ੍ਹਾਂ ਦਾ ਜਸਟਿਸ ਮਿਲੇ ਅਤੇ ਇਹਨਾਂ ਨੇ ਹੁਣ ADGP ਲਾਇਆ ਪ੍ਰਿਜ਼ਨ ਲਾਇਆ ਹੈ ਹਰਪ੍ਰੀਤ ਸਿੰਘ ਸਿੱਧੂ ਨੂੰ ਜੋ ਪਹਿਲਾਂ FIR 'ਚ ਵੀ ਇਨਵੋਲਵ ਸੀਗੇ ਸਾਨੂੰ ਡਰ ਹੈ ਬਿਕਰਮ ਜੀ ਦੀ ਜਾਨ ਦਾ ਉਹਨਾਂ ਦੀ ਜਾਨ ਨੂੰ ਖਤਰਾ ਹੈ ਜੇਲ੍ਹ 'ਚ ਸਾਨੂੰ ਡਰ ਹੈ ਕਿ ਉਹਨਾਂ 'ਤੇ ਕੁਛ ਪਲਾਂਟ ਕਰ ਦਿਆ ਜਾਏਗਾ ਹੋਰ ਕੋਈ ਨਵੀਂ FIR ਉਹਨਾਂ 'ਤੇ ਫਾਈਲ ਕਰਦੀ ਜਾਊਗੀ ਜਿਹੜਾ ਕੁਛ ਉਹਨਾਂ ਦੀ ਮਾਤਾ ਜੀ 'ਤੇ ਗੁਜ਼ਰ ਰਿਹਾ ਸਾਡਾ ਸਾਡੇ ਬੱਚਿਆਂ 'ਤੇ ਗੁਜ਼ਰ ਰਿਹਾ ਉਹ ਸਾਨੂੰ ਪਤਾ ਹੈ 3 ਮਹੀਨੇ ਹੋ ਗਏ ਨੇ ਉਹਨਾਂ ਦੇ ਮਾਤਾ ਜੀ ਰੋਈ ਜਾ ਰਹੇ ਨੇ ਕੋਈ ਨਹੀਂ ਸਮਝ ਸਕਦਾ ਜੋ ਉਹਨਾਂ ਦੇ ਬੱਚਿਆਂ ਨੂੰ ਅੱਜ ਸਾਰਿਆਂ ਦੀ ਛੁੱਟੀਆਂ ਚੱਲ ਰਹੀਆਂ ਨੇ ਸਾਡੇ ਬੱਚਿਆਂ ਦੇ ਪਿਤਾ ਉੱਥੇ ਹੈ ਨਹੀਂ ਜਿਹੜਾ ਸਾਡੇ 'ਤੇ ਗੁਜ਼ਰ ਰਹੀ ਹੈ ਸਾਨੂੰ ਪਤਾ ਹੈ ਹੁਣ ਸਾਨੂੰ ਡਰ ਹੈ ਕਿ ਹੁਣ ਇਹ ਬੰਦਾ ਕੀ ਕਰੂਗਾ ਸਾਡੇ ਨਾਲ ਇਸ ਗੱਲ ਲਈ ਅਸੀਂ ਗਵਰਨਰ ਸਾਹਿਬ ਨੂੰ ਰਿਪ੍ਰੈਜ਼ੈਂਟੇਸ਼ਨ ਦੇ ਕੇ ਆਏ ਹਾਂ ਕਿ ਸਾਨੂੰ ਕੋਈ ਤਾਂ ਇਨਸਾਫ ਦੇਵੇ ਬਸ ਇਹੀ ਬੇਨਤੀ ਕਰਨ ਆਏ ਸੀ ਅਸੀਂ ਇੱਥੇ ਦੇਖੋ ਆਪਾਂ ਸਾਰੇ ਜਾਣਦੇ ਹਾਂ ਕਿ ਹਰਪ੍ਰੀਤ ਸਿੰਘ ਸਿੱਧੂ ਜਿਹੜੇ ADGP ਪ੍ਰਿਜ਼ਨ ਲਾਏ ਗਏ ਨੇ ਇਹਨਾਂ ਦਾ ਸਾਡੇ ਪਰਿਵਾਰ ਦੇ ਨਾਲ ਪੁਰਾਣੀ ਰੰਜਿਸ਼ ਹੈਗੀ ਜੀ ਹਰਪ੍ਰੀਤ ਸਿੱਧੂ ਮੇਰੇ ਸਗੀ ਚਾਚੀ ਦੇ ਸਗੀ ਭੈਣ ਦੇ ਪੁੱਤ ਨੇ ਅਤੇ ਬਚਪਨ ਤੋਂ ਹੀ ਇਹਨਾਂ ਦੇ ਸਾਡੇ ਪਰਿਵਾਰ ਦੇ ਨਾਲ ਅਤੇ ਖਾਸ ਤੌਰ 'ਤੇ ਹਰਪ੍ਰੀਤ ਅਤੇ ਵਿਕਰਮ ਦੇ ਵਿੱਚ ਬਚਪਨ ਤੋਂ ਹੀ ਇੱਕ ਦੂਜੇ ਦੇ ਨਾਲ ਇਹਨਾਂ ਦੀ ਲੱਗਦੀ ਰਹੀ ਹੈ ਮੇਰੇ ਚਾਚੀ ਜੀ ਦਾ ਜਦ ਦੁਖਦ ਦੇਹਾਂਤ ਹੋਇਆ ਤਾਂ ਇਹਨਾਂ ਦੇ ਹਰਪ੍ਰੀਤ ਜੀ ਦੇ ਪਰਿਵਾਰ ਨੇ ਸਾਡੇ ਮਜੀਠਾ ਪਰਿਵਾਰ ਨੂੰ ਉਹਦੇ ਜ਼ਿੰਮੇਵਾਰ ਠਹਿਰਾਇਆ ਇੱਥੇ ਤਾਂ ਹੀ ਕਿ ਉਹਨਾਂ ਨੇ ਸਾਡੀ ਚਾਚੀ ਦੇ ਜਿਹੜੇ ਬੱਚੇ ਨੇ ਉਹਨਾਂ ਦੇ ਵੀ ਪ੍ਰੋਪਰਟੀਆਂ 'ਤੇ ਜ਼ਬਤ ਕਰਕੇ ਉਹਨਾਂ ਦੇ ਨਾਲ ਵੀ ਲੜਾਈਆਂ ਹੈਗੀਆਂ ਅਤੇ ਜਦ ਮੇਰੇ ਦਾਦਾ ਜੀ ਹਰਪ੍ਰੀਤ ਸਿੱਧੂ ਦੇ ਪਿਤਾ ਜੀ ਨੂੰ ਮਿਲਣ ਵਾਸਤੇ ਗਏ ਸੀ ਉਹਨਾਂ ਦੇ ਗਨਮੈਨ ਰਾਹੀਂ ਮੇਰੇ ਦਾਦਾ ਜੀ 'ਚ ਗੋਲੀਆਂ ਚਲਾਈਆਂ ਸੀ ਇਹ ਇਤਿਹਾਸ ਹੈ ਸਾਡੇ ਪਰਿਵਾਰ ਦਾ ਇੰਨੀ ਰੰਜਿਸ਼ ਹੈਗੀ ਜਿਸ ਕਾਰਨ ਜਦ ਕੈਪਟਨ ਸਾਹਿਬ ਨੇ ਝੂਠੀ ਸਹੁੰ ਖਾਈ ਸੀ ਕਿ 4 ਹਫ਼ਤਿਆਂ 'ਚ ਨਸ਼ੇ ਖਤਮ ਕਰ ਦਾਂਗਾ ਇਸ ਹਰਪ੍ਰੀਤ ਸਿੱਧੂ ਨੂੰ ਬਣਾਇਆ ਗਿਆ ਸੀਗਾ ਸਿੱਟ ਦਾ ਇੰਚਾਰਜ ਪੂਰੇ 5 ਸਾਲ ਨਸ਼ੇ ਕਾਂਗਰਸ ਦੇ ਟਾਈਮ ਕਿੱਥੇ ਤੋਂ ਕਿੱਥੇ ਪਹੁੰਚੇ ਉਹਦੇ ਬਾਅਦ ਚੰਨੀ ਸਾਹਿਬ ਦੇ ਟਾਈਮ 'ਚ ਇਸ ਹਰਪ੍ਰੀਤ ਸਿੱਧੂ ਨੇ ਵਿਕਰਮ ਦੇ ਖਿਲਾਫ ਜੋ ਕੁਛ ਕੀਤਾ ਝੂਠਾ ਕੇਸ ਬਣਾਉਣ 'ਚ ਜੋ ਇਹਨਾਂ ਦੀ ਭੂਮਿਕਾ ਰਹੀ ਸਭ ਕੁਛ ਹਰਪ੍ਰੀਤ ਸਿੱਧੂ ਦੇ ਨਿਗਰਾਨੀ 'ਚ ਹੋਇਆ ਅਤੇ ਹੁਣ ਇਹ ਨਵੀਂ ਸਰਕਾਰ ਜਿਹੜੀ ਬਣੀ ਹੈ ਇੱਥੇ ਵੀ ਹਰਪ੍ਰੀਤ ਸਿੱਧੂ ਨੇ ਪੂਰਾ ਆਪਣਾ ਦਖਲ ਅੰਦਾਜ਼ੀ ਕਰਕੇ ਹੁਣ ਇਸ ਸਰਕਾਰ ਨੇ ਉਹਨੂੰ ਪ੍ਰਿਜ਼ਨਸ ਦਾ ADGP ਬਣਾਤਾ ਹੈਗਾ ਅਤੇ ਸਾਡੇ ਵੱਲੋਂ ਬਿਲਕੁਲ ਕਲੀਅਰ ਹੈਗਾ ਕਿ ਇਹ ਇਨਸਾਨ ਜਿਹਦਾ ਰੰਜਿਸ਼ ਸਾਡੇ ਪਰਿਵਾਰ ਦੇ ਨਾਲ ਪੁਰਾਣੀ ਹਿਸਟਰੀ ਸਾਰੀ ਸਾਹਮਣੇ ਹੈਗੀ ਜੇ ਪਿਛਲੀ ਸਰਕਾਰ ਨੇ 3-3 DGP ਬਦਲ ਕੇ AGs ਬਦਲ ਕੇ SSP BOIs ਬਦਲ ਕੇ ਉਹਨਾਂ ਨੇ ਝੂਠੇ ਕੇਸ ਵਿਕਰਮ ਦੇ ਉੱਤੇ ਕੀਤੇ ਅਤੇ ਇਸ ਸਰਕਾਰ ਨੇ ਵੀ 3 ਮਹੀਨਿਆਂ 'ਚ ਸੁਪਰਿਟੈਂਡੈਂਟ 3 ਬਦਲਤੇ ਜੇਲ੍ਹ ਦੇ ਜਿਸ ਜੇਲ੍ਹ 'ਚ ਵਿਕਰਮ ਹੈ ADGP ਬਦਲ 'ਚ ਅਤੇ ਹੁਣ ਇਹਨੂੰ ਪ੍ਰਿਜ਼ਨ ਦਾ ਇੰਚਾਰਜ ਬਣਾਤਾ ਮਤਲਬ ਅੱਜ ਗੁਨੀਵ ਨੂੰ ਤਾਂ ਮੈਨੂੰ ਇਸ ਗੱਲ ਦਾ ਫਿਕਰ ਹੈ ਅਤੇ ਡਰ ਹੈ ਕਿ ਵਿਕਰਮ ਨੂੰ ਖਤਮ ਕਰਨ ਵਾਸਤੇ ਇਹ ਹਰਪ੍ਰੀਤ ਸਿੱਧੂ ਕੋਈ ਵੀ ਕਦਮ ਚੱਕ ਸਕਦਾ ਹੈ ਉਹਨੂੰ ਜਾਨੀ ਨੁਕਸਾਨ ਪਹੁੰਚਾਉਣ ਵਾਸਤੇ ਜਾਂ ਝੂਠੇ ਇਹਦੇ ਉੱਤੇ ਹੋਰ ਕੇਸ ਬਣਾਉਣ ਵਾਸਤੇ ਸਭ ਕੁਝ ਅੱਜ ਪੰਜਾਬ 'ਚ ਬਾਹਰ ਅਸੀਂ ਹਾਲਾਤ ਦੇਖ ਰਹੇ ਹਾਂ ਕੀ ਹੈਗੇ ਦਿਨ ਦਿਹਾੜੇ ਕੀ ਕੁਛ ਹੋ ਰਿਹਾ ਆਪਣੇ ਆਪ ਨੂੰ ਸਾਰੇ ਡਰੇ ਹੋਏ ਮਹਿਸੂਸ ਕਰ ਰਹੇ ਨੇ ਅਤੇ ਜੇਲ੍ਹ ਦੇ ਅੰਦਰ ਤਾਂ ਸਭ ਕੁਛ ਹੀ ਇਹਦੇ ਹੱਥ 'ਚ ਹੈ ਸਾਨੂੰ ਤਾਂ ਭਨਕ ਵੀ ਨਹੀਂ ਲੱਗੂ ਕਿ ਅੰਦਰ ਹੋ ਕੀ ਗਿਆ ਸੋ ਇਸ ਡਰ ਨੂੰ ਲੈ ਕੇ ਅੱਜ ਅਸੀਂ ਗਵਰਨਰ ਸਾਹਿਬ ਦੇ ਕੋਲ ਆਇਆ ਕਿ ਜਿਹੜਾ ਅੰਡਰ ਟ੍ਰਾਇਲ ਹੈ ਉਹਦੇ ਉੱਤੇ ਕਿਵੇਂ ਇਹਨਾਂ ਨੇ ਪਹਿਲੇ ਦੁਸ਼ਮਣੀ ਕੱਢ ਕੇ ਇੱਕ 6.5 ਫੁੱਟ ਦੇ ਮੁੰਡੇ ਨੂੰ 8x8 ਦੇ ਸੈੱਲ 'ਚ ਧੱਕਤਾ ਜਿਹੜਾ ਫਾਂਸੀ ਦਾ ਸੈੱਲ ਹੁੰਦਾ ਹੈ ਉੱਥੇ ਅੰਡਰ ਟ੍ਰਾਇਲ ਨੂੰ ਪਾਤਾ ਹੈਗਾ ਅਤੇ ਹੁਣ ਇਹੋ ਜਿਹਾ ਬੰਦਾ ਜਦ ਜੇਲ੍ਹ ਦਾ ਇੰਚਾਰਜ ਬਣ ਗਿਆ ਤਾਂ ਸਾਡੇ ਹਿਸਾਬ ਦੇ ਨਾਲ ਤਾਂ ਸਿੱਧੇ ਸਾਡੇ ਭਰਾ ਦੇ ਉੱਤੇ ਬਹੁਤ ਵੱਡਾ ਜਾਂ ਤਾਂ ਕੋਈ ਮਾੜਾ ਕੇਸ ਬਣਾਉਣ ਵਾਸਤੇ ਕਿਉਂਕਿ ਇਹਨਾਂ ਨੂੰ ਕੁਛ ਲੱਭਿਆ ਨਹੀਂ ਅੱਜ ਤਾਈਂ ਨਾ ਹੀ ਕੁਛ ਹੈਗਾ ਪਰਮਾਤਮਾ ਉੱਤੇ ਅਤੇ ਅਦਾਲਤ ਉੱਤੇ ਸਾਡਾ ਪੂਰਾ ਭਰੋਸਾ ਹੈਗਾ ਲੇਕਿਨ ਇਸ ਇਨਸਾਨ ਦੀ ਜਿਹੜੀ ਪੁਰਾਣੀ ਰੰਜਿਸ਼
ਕੱਢਣ ਵਾਸਤੇ ਮੇਰੇ ਭਰਾ ਦਾ ਕੀ ਹਸ਼ੇ ਕਰ ਸਕਦਾ ਹੈ, ਇਹ ਫਿਕਰ ਅਸੀਂ ਗਵਰਨਰ ਸਾਹਿਬ ਨੂੰ ਦੇ ਕੇ ਆਏ ਹਾਂ। ਗਵਰਨਰ ਸਾਹਿਬ ਨੂੰ ਰੈਪ੍ਰਜੈਂਟੇਸ਼ਨ ਦਿੱਤੀ ਹੈ, ਉਸ ਰੈਪ੍ਰਜੈਂਟੇਸ਼ਨ ਨੂੰ ਪੜ੍ਹ ਕੇ ਉਹ ਸਾਨੂੰ ਜੋ ਵੀ ਉਹ ਕਾਰਵਾਈ ਕਰਨਗੇ ਉਹ ਕਰਨਗੇ। ਅਸੀਂ ਤਾਂ ਮੰਗਿਆ ਕਿ ਇਸ ਬੰਦੇ ਨੂੰ ਹਟਾਉਣਾ ਚਾਹੀਦਾ ਹੈਗਾ, ਕਿਉਂਕਿ ਸਾਨੂੰ ਜਦੋਂ ਤਾਈਂ ਉਹ ਪ੍ਰਿਜ਼ਨਸ ਦਾ ਇੰਚਾਰਜ ਹੈਗਾ ਸਾਡੇ ਭਰਾ ਦੇ ਜਾਨ ਨੂੰ ਖਤਰਾ ਹੈਗਾ। ਗਵਰਨਰ ਸਾਹਿਬ ਨੂੰ ਅਸੀਂ ਰੈਪ੍ਰਜੈਂਟੇਸ਼ਨ ਦਿੱਤੀ ਹੈ, ਉਹ ਰੈਪ੍ਰਜੈਂਟੇਸ਼ਨ ਪੜ੍ਹ ਕੇ ਜੋ ਉਹਨਾਂ ਨੇ ਐਕਸ਼ਨ ਲੈਣਾ ਉਹ ਲੈਣਗੇ ਜੀ। ਕੋਰਟ 'ਚ ਤਾਂ ਆਲਰੇਡੀ ਆਪਾਂ ਗਏ ਹੋਏ ਹੈਗੇ ਕੇਸ, ਆਪਣੇ ਜੱਜ ਸਾਹਿਬ ਨੇ ਰਿਜ਼ਰਵ ਆਰਡਰ ਰਿਜ਼ਰਵ ਹੈਗਾ, ਰੈਗੂਲਰ ਬਿਲ ਐਪਲੀਕੇਸ਼ਨ ਚੱਲ ਰਹੀ ਹੈ, ਜੋ ਕੁਝ ਸਾਡੇ ਕਾਨੂੰਨੀ ਅਧਿਕਾਰ ਹੈ ਅਸੀਂ ਜ਼ਰੂਰ ਪਰਸੂ ਕਰਾਂਗੇ। ਮੈਡਮ ਇੱਕ ਇਨ ਡਿਊ ਕੋਰਸ ਜ਼ਰੂਰ ਕੀਤਾ ਜਾਵੇ, ਨਹੀਂ ਕਾਰਵਾਈ ਕਰਦੇ ਕੀ ਅਕਾਲੀ ਦਲ ਉਹਦੇ ਬਾਰੇ ਕੀ ਐਕਸ਼ਨ ਕਰੇਗਾ? ਦੇਖਾਂਗੇ ਜੀ, ਹੁਣ ਅੱਜ ਤੱਕ 2 ਦਿਨ ਪਹਿਲੇ ਇਹਨਾਂ ਨੂੰ ਬਣਾਇਆ ਹੈ, ਜਿਹੜੀ ਸਰਕਾਰ ਆਉਂਦੀ ਹੈ ਹਰਪ੍ਰੀਤ ਸਿੱਧੂ ਨੂੰ ਬਣਾ ਦਿੰਦੀ ਹੈ ਤਾਂ ਕਿ ਲੋਕਾਂ ਦਾ ਧਿਆਨ ਭਟਕਾਇਆ ਜਾ ਸਕੇ ਕਿ ਉਹਨਾਂ ਦੇ ਨਾਕਾਮੀਆਂ ਕਿੰਨੀਆਂ ਹੈਗੀਆਂ, ਅਤੇ ਝੂਠੇ ਕੇਸਾਂ 'ਚ ਇਹੋ ਜਿਹੀ ਚੀਜ਼ਾਂ ਕਰਕੇ ਲੋਕਾਂ ਦਾ ਧਿਆਨ ਭਟਕਾਇਆ ਜਾਂਦਾ। ਹਰਪ੍ਰੀਤ ਸਿੱਧੂ ਨੂੰ ਫੜਦੇ ਨੇ ਜਿਹਦੇ ਕੋਲ ਇੰਨੀ ਸਾਰੀ ਪਾਵਰ ਸੀਗੀਆਂ ਜਦੋਂ ਵੀ ਇਹ ਬਣਿਆ ਹੈਗਾ, ਕੈਪਟਨ ਸਾਹਿਬ ਨੇ ਜਦ ਬਣਾਇਆ ਇਹਨੂੰ STF ਦਾ ਹੈਡ, ਡਰੱਗਸ ਨੂੰ ਖਤਮ ਕਰਨ ਵਾਸਤੇ ਇਹ DGP ਨੂੰ ਵੀ ਨਹੀਂ ਰਿਪੋਰਟ ਕਰਦਾ ਸੀ, ਇੰਨੀ ਤਾਕਤ ਇਹਦੇ ਕੋਲ ਸੀਗੀ ਜੋ ਮਰਜ਼ੀ ਕਰ ਸਕਦਾ ਸੀ, ਤਾਂ ਡਰੱਗਸ ਕਿੱਥੇ ਸੀ ਤਾਂ ਅੱਜ ਕਿੱਥੇ ਪਹੁੰਚ ਗਏ? ਇੰਨਾ ਨਕੰਮਾ ਬੰਦਾ ਹੈ, ਲੇਕਿਨ ਫਿਰ ਵੀ ਇਹਨੂੰ ਪਲੰਪ ਪੋਸਟਿੰਗਸ ਇਸ ਕਰਕੇ ਮਿਲਦੀ ਰਹੀਆਂ ਨੇ ਕਿਉਂਕਿ ਮਜੀਠੀਆ ਨੂੰ ਫਿਕਸ ਕਰਨਾ ਹੈ, ਬਸ ਇੱਕ ਏਜੰਡਾ ਹੁੰਦਾ ਹੈ, ਬਾਕੀ ਬਿਲਕੁਲ ਗੁੱਡ ਫਾਰ ਨਥਿੰਗ, ਨਾਕਾਮ ਬੰਦਾ ਹੈਗਾ, ਫੇਲਡ ਬੰਦਾ ਹੈਗਾ, ਡਰੱਗਸ ਕਿਤੇ ਤੋਂ ਕਿਤੇ ਪਹੁੰਚ ਗਏ, ਪੂਰੀ ਸਰਕਾਰਾਂ 'ਚ ਇਹਨੇ ਲਾਹਾ ਲਿੱਤਾ ਹੈ, ਅਤੇ ਹੁਣ ਇਸ ਸਰਕਾਰ 'ਚ ਵੀ ਇਸੇ ਕਰਕੇ ਇਹਨੂੰ ਦਿੱਤਾ ਗਿਆ ਹੈਗਾ ਕਿ ਤੂੰ ਹੁਣ ਧਿਆਨ ਭਟਕਾਉਣ ਵਾਸਤੇ ਇਸ ਬੰਦੇ ਨੂੰ, ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਕਿ ਕੇਜਰੀਵਾਲ ਦੇ ਖਿਲਾਫ ਵਿਕਰਮ ਨੇ ਮਾਨਹਾਨੀ ਦਾ ਕੇਸ ਕਰਕੇ ਕੇਜਰੀਵਾਲ ਤੋਂ ਮਾਫ਼ੀ ਮੰਗਵਾਈ ਸੀਗੀ, ਸੰਜੇ ਸਿੰਘ ਦਾ ਅਜੇ ਵੀ ਡੈਫੇਮੇਸ਼ਨ ਕੇਸ ਚੱਲ ਰਿਹਾ ਹੈ, ਕੇਜਰੀਵਾਲ ਦੇ ਸਾਰੇ ਆਪਣੀ ਪੂਰੀ ਰੰਜਿਸ਼ ਕੱਢਣ ਵਾਸਤੇ ਅੱਜ ਇਹ ਸਾਰਾ ਕੁਝ ਵਿਕਰਮ ਦੇ ਨਾਲ ਇਹ ਸਰਕਾਰ ਵੀ ਕਰ ਰਹੀ ਹੈ, ਪਿਛਲੀ ਸਰਕਾਰਾਂ ਨੇ ਵੀ ਕੀਤਾ ਅਤੇ ਇਹ ਸਰਕਾਰ ਦਾ ਤਾਂ ਇਹਨਾਂ ਦਾ ਏਜੰਡਾ ਹੀ ਹੋਰ ਵੱਖ ਲੈਵਲ ਦਾ ਹੈ, ਅਤੇ ਆਹੀ ਕਾਰਨ ਹੈ ਕਿ ਸਾਡੇ ਪਰਿਵਾਰ ਦੇ ਨਾਲ ਪੁਰਾਣੀ ਰੰਜਿਸ਼ ਰੱਖਣ ਵਾਲੇ ਨੂੰ ਅੱਜ ਪ੍ਰਿਜ਼ਨ ਦਾ ਬਣਾਤਾ, ਅਤੇ ਉਹ ਪ੍ਰਿਜ਼ਨ ਜਿੱਥੇ ਅੱਜ ਮੇਰਾ ਭਰਾ ਹੈਗਾ ਅੱਜ ਇਸ ਬੰਦੇ ਦੇ ਅੰਡਰ ਹੈ, ਜਿਹੜਾ ਬੰਦਾ ਕੁਛ ਵੀ ਕਰ ਸਕਦਾ ਹੈ, ਭਾਵੇਂ ਉਹਦੇ ਉੱਤੇ ਕੁਛ ਪਲਾਂਟ ਕਰੇ, ਭਾਵੇਂ ਉਹਨੂੰ ਨੁਕਸਾਨ ਪਹੁੰਚਾਏ, ਭਾਵੇਂ ਉਹਦੇ ਜਾਨ ਤੱਕ ਲੈ ਸਕਦਾ ਹੈ, ਸਾਨੂੰ ਇਸ ਚੀਜ਼ ਦਾ ਡਰ ਹੈ ਜਿਹਦੇ ਕਰਕੇ ਅਸੀਂ ਗਵਰਨਰ ਸਾਹਿਬ ਕੋਲ ਆਏ। ਅਤੇ ਹਰਪ੍ਰੀਤ ਸਿੱਧੂ, ਮੈਂ ਕਚਹਿਰੀ ਦੀ ਗੱਲ ਦੱਸ ਦੂੰਗਾ ਕਿ ਓਫੀਸ਼ੀਅਲੀ ਅਸੀਂ ਰਿਸਪੋਂਡੈਂਟ ਅਰੇ ਕੀਤਾ ਹੋਇਆ, ਜਿਹੜੀ ਵੀ ਪਟੀਸ਼ਨ ਅਸੀਂ ਭਾਵੇਂ ਸੁਪਰੀਮ ਕੋਰਟ 'ਚ ਫਾਈਲ ਕੀਤੀ ਹੈ, ਇਹ ਫੈਮਿਲੀ ਦੀ ਰੰਜਿਸ਼, ਉਹਦੀ ਮੈਲੀਫਾਈਡੀ ਅਪਰੋਚ, ਉਹਦਾ ਇੱਕੋ ਏਜੰਡਾ ਟੂ ਕੋਜ਼ ਮੈਕਸੀਮਮ ਲੌਸ ਟੂ ਵਿਕਰਮ ਮਜੀਠੀਆ, ਅਸੀਂ ਕੋਰਟ 'ਚ ਐਜ਼ ਬਤੌਰ ਉਹਨੂੰ ਪਾਰਟੀ ਬਣਾਇਆ ਹੋਇਆ ਜੀ, ਸੁਪਰੀਮ ਕੋਰਟ 'ਚ ਵੀ ਬਣਾਇਆ ਸੀ, ਜਿਹੜੀ ਪਟੀਸ਼ਨ ਗਾਂਹ ਫਾਈਲ ਕਰਾਂਗੇ ਉਸ 'ਚ ਵੀ ਦੱਸਿਆ ਜਾਏਗਾ ਜੀ। ਬਾਵਜੂਦ ਇਸ ਦੇ ਹੀ ਹੈਡ ਨੋ ਰਾਈਟ ਟੂ ਟੇਕ ਓਵਰ ਦ ਇਨਵੈਸਟੀਗੇਸ਼ਨ ਆਫ ਵਿਕਰਮ ਮਜੀਠੀਆ, ਹੀ ਟੂਕ ਇਟ ਅਪੋਨ ਹਿਮ ਸੈਲਫ, ਜਦ ਉਹਨੇ ਇਨਕੁਆਇਰੀ ਸ਼ੁਰੂ ਕੀਤੀ ਹੈ ਇਹ ਗੱਲ ਮਾਨਯੋਗ ਹਾਈ ਕੋਰਟ ਤੋਂ ਓਲੇ ਰੱਖੀ ਗਈ, ਔਰ ਉਹਦੀ ਜਿਹੜੀ ਰਿਪੋਰਟ ਸੀ ਸੁਪਰਸੀਡ ਹੋ ਗਈ ਸੀ, ਔਰ ਉਹ ਹਾਈ ਪਾਵਰ ਕਮੇਟੀ ਦੀ ਰਿਪੋਰਟ ਬਣ ਗਈ ਸੀ, ਇਸ ਗੱਲ ਦਾ ਉਸਨੂੰ ਇਲਮ ਸੀ, ਫਿਰ ਵੀ ਕਲੈਂਡਰਸਟਾਈਨ ਤਰੀਕੇ ਨਾਲ ਉਹਨੇ ਉਹ ਆਪਣੀ ਰਿਪੋਰਟ ਪਹਿਲਾਂ ਲੀਕ ਕਰਾਈ 2018 ਵਿੱਚ, ਕੁਛ ਨਹੀਂ ਬਣਿਆ, ਹਾਈ ਕੋਰਟ ਨੇ ਕੋਈ ਆਰਡਰ ਨਹੀਂ ਦਿੱਤਾ, ਤਾਂ ਉਹਨੇ ਕਲੈਂਡਰਸਟਾਈਨ ਤਰੀਕੇ ਨਾਲ ਉਸਨੂੰ ਉਸ ਰਿਪੋਰਟ ਨੂੰ ਜਿਹੜੀ ਜਾਂ ਮਰਜ ਹੋ ਗਈ ਹੈ ਜਾਂ ਸੁਪਰਸੀਡ ਹੋ ਗਈ ਹੈ ਉਹਦੇ ਉੱਤੇ ਪਰਚਾ ਦੇ ਦਿੱਤਾ। ਪਰਚਾ ਦੇਣ ਦੇ ਬਾਅਦ ਹੁਣ ਉਹਨੂੰ ADGP ਪ੍ਰੈਜ਼ੈਂਸ ਬਣਾ ਦਿੱਤਾ ਹੈ, ਸੋ ਦੈਟ ਮੈਕਸੀਮਮ ਨੁਕਸਾਨ, ਡਿਸਕੰਫਰਟ ਦਾ ਸਾਨੂੰ ਕੋਈ ਇਸ਼ੂ ਨਹੀਂ ਹੈ, ਹਿਸ ਲਾਈਫ ਸ਼ੁੱਡ ਬੀ ਸੇਫ ਐਂਡ ਦੇਰ ਸ਼ੁੱਡ ਬੀ ਨੋਟ ਐਨੀ ਫਾਲਸ ਇੰਪਲੀਕੇਸ਼ਨ। ਅੱਜ ਤੁਹਾਡੇ ਰਾਹੀਂ ਵੀ ਇਹ ਦੱਸ ਰਹੇ ਹਾਂ ਕਿ ਇਹ 2 ਗੱਲਾਂ ਵਿੱਚੋਂ ਕੁਛ ਨਾ ਕੁਛ ਜ਼ਰੂਰ ਹੋਏਗਾ। ਅਕਾਲੀ ਦਲ ਨੇ ਕੱਲ੍ਹ ਪ੍ਰੈਸ ਕਾਨਫਰੰਸ ਦੇ ਵਿੱਚ ਉਹਦੀ ਬੈਰਕ ਦੇ ਵਿੱਚ ਕੈਮਰੇ CCTV ਲਾਉਣ ਬਾਰੇ ਗੱਲ ਕੀਤੀ ਸੀ। ਦੇਖੋ, ਜੋ ਜੇਲ੍ਹ ਮੈਨੂਅਲ ਦੇ ਹਿਸਾਬ ਨਾਲ ਹੋਵੇ ਕੋਈ ਆਪੱਤੀ ਨਹੀਂ, ਪਰ ਕਿਸੇ ਦੀ ਪ੍ਰਾਈਵੇਸੀ, ਕਿਸੇ ਦੀ ਡਿਗਨਿਟੀ ਨੂੰ ਹਮੇਸ਼ਾ ਸਰਵੇਲੈਂਸ ਵਿੱਚ ਰੱਖਣਾ, ਦੋ ਤਰੀਕੇ ਦੇ ਮਾਪਦੰਡ ਨਹੀਂ ਹੋ ਸਕਦੇ। ਨਵਜੋਤ ਸਿੰਘ ਸਿੱਧੂ ਨੂੰ ਇੱਕ ਲਿਵਰ ਦਾ ਬਲੱਡ ਟੈਸਟ ਕਰਾਉਣ ਵਾਸਤੇ 4 ਦਿਨ ਵਾਸਤੇ AC ਹਸਪਤਾਲ PGA ਲੈ ਗਏ, ਦੂਜੇ ਪਾਸੇ ਇੱਥੇ ਉਹਨਾਂ ਨੂੰ ਹਰ ਤਸ਼ੱਦਦ ਦਾ ਸਾਹਮਣਾ ਕਰਨਾ ਪੈ ਰਿਹਾ, ਸੋ ਇਹ ਗੱਲ ਬਿਲਕੁਲ ਤੁਹਾਡੇ ਸਾਹਮਣੇ ਆਉਣੀ ਚਾਹੀਦੀ ਹੈ। ਜਿਹੜੇ ਬੰਦੇ ਦੇ ਪਰਿਵਾਰ ਨੇ ਮੇਰੇ ਦਾਦਾ ਜੀ ਦੇ ਉੱਤੇ ਗੋਲੀ ਚਲਾਈ ਹੈ, ਜਿਹੜੇ ਬੰਦੇ ਨੇ ਵਿਕਰਮ ਦੇ ਖਿਲਾਫ ਇਹ ਕੇਸ ਪਿਛਲੇ ਕੈਪਟਨ ਦੇ ਅੰਡਰ, ਚੰਨੀ ਦੇ ਅੰਦਰ, ਇਹਦੇ ਅੰਡਰ ਜਿਹਦੀ ਸਗੀ ਮਾਸੀ ਸਾਡੇ ਪਰਿਵਾਰਕ ਮੈਂਬਰ ਉਸ ਟਾਈਮ ਤੋਂ ਰੰਜੇ, ਉਹਨੂੰ ਜੇਲ੍ਹ ਦੇ ਜਾਣੇ ਬਣਾਉਣਾ ਬਿਲਕੁਲ ਸਾਡੇ ਵਾਸਤੇ ਬਿਲਕੁਲ ਕਲੀਅਰ ਹੈ ਕਿ ਸਰਕਾਰ ਕੀ ਕਰ ਰਹੀ ਹੈ, ਜੇ ਇਸ ਚੀਜ਼ ਨੂੰ ਅਸੀਂ ਹਾਈਲਾਈਟ ਕਰਨਾ ਚਾਹੁੰਦੇ ਕਿ ਜੇ ਸਾਡੇ ਭਰਾ ਨੂੰ ਕੱਲ੍ਹ ਕੁਛ ਹੁੰਦਾ ਹੈਗਾ, ਅਦਾਲਤ ਆਪਣੇ ਤਰੀਕੇ ਦੇ ਨਾਲ ਕਰੇ, ਜੋ ਉਹਦੇ ਪ੍ਰਿਜ਼ਨ 'ਤੇ ਜੋ ਹੱਕ ਹੈ ਉਹ ਹੱਕ ਉਹਨੂੰ ਮਿਲਣੇ ਚਾਹੀਦੇ, ਜਿੰਨਾ ਤੰਗ ਕਰਨਾ ਤੁਸੀਂ ਕਰ ਲਓ, ਲੇਕਿਨ ਜੇਲ੍ਹ ਵਿੱਚ ਰਹਿ ਕੇ ਵੀ ਜ਼ਿੰਦਾ ਰਹਿਣਾ ਹਰੇਕ ਕੈਦੀ ਦਾ ਹੱਕ ਹੁੰਦਾ ਹੈ, ਇਹੋ ਜਿਹੇ ਬੰਦੇ ਨੂੰ ਬਣਾ ਕੇ ਸਾਨੂੰ ਆਪਣੇ ਭਰਾ ਦੀ ਜ਼ਿੰਦਗੀ ਦਾ ਵੀ ਡਰ ਹੈ, ਅਤੇ ਉਹਦੇ ਉੱਤੇ ਝੂਠਾ ਕੀ ਕੁਛ ਉੱਥੇ ਅੰਦਰ ਬਣ ਸਕਦਾ, ਸਾਨੂੰ ਬਾਹਰ ਬੈਠੇ ਕਿਸੇ ਨੂੰ ਕੁਛ ਪਤਾ ਤੱਕ ਨਹੀਂ ਲੱਗਦਾ।
बिल्कुल हरप्रीत सिंह सिद्धू होगा, ये कोई शक नहीं। हरप्रीत सिंह सिद्धू तो यह सरकार होगी। गवर्नर साहब नूं असीं रिप्रेजेंटेशन दे दित्ती है कि गवर्नर साहब साडी रिप्रेजेंटेशन लेके जो करनगे वो सानू बाद में पता लगेगा वो की एक्शन लेंगे।